26 ਨਵੰਬਰ ਤੋਂ ਕਿਸਾਨ ਦਿੱਲੀ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਉੱਥੇ ਹੀ ਅੱਜ ਲੁਧਿਆਣਾ ਵਿੱਚ ਸਕੂਲੀ ਬੱਚਿਆਂ ਦੁਆਰਾ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜੈ ਜਵਾਨ ਜੈ ਕਿਸਾਨ ਜਿੱਥੇ ਉਹਨਾਂ ਨੇ ਮੋਦੀ ਦਾ ਪੁਤਲਾ ਵੀ ਜਲਾਇਆ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਉਹਨਾਂ ਨੇ ਕਿਹਾ ਕਿ ਬੱਚੇ ਵੀ ਕਿਸਾਨਾਂ ਦੇ ਬੱਚੇ ਹਨ ਇਹ ਖੁਦ ਵੀ ਆਪਣੇ ਪਰਿਵਾਰਕ ਮੈਂਬਰ ਹਨ ਜੋ ਦਿੱਲੀ ਗਏ ਹੋਏ ਹਨ ਉਹਨਾਂ ਲਈ ਕੁਝ ਕਰਨਾ ਚਾਹੁੰਦੇ ਸੀ ਜਿਸ ਕਾਰਨ ਅਧਿਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸਰ ਇਹ ਪ੍ਰਦਰਸ਼ਨ ਇਸ ਲਈ ਕੀਤਾ ਗਿਆ ਹੈ ਕਿ ਸਾਡੇ ਬਜ਼ੁਰਗ ਅਤੇ ਕਿਸਾਨ ਭਰਾ ਸਾਰੇ ਉੱਥੇ ਬੈਠੇ ਹੋਏ ਹੈਗੇ ਨੇ ਦਿੱਲੀ ਦੇ ਵਿੱਚ ਜਦੋਂ ਕਿ ਅਸੀਂ ਕਹਿ ਰਹੇ ਹਾਂ ਕਿ ਡੈਮੋਕ੍ਰੇਸੀ ਦਾ ਇਹ ਕੰਟਰੀ ਹੈ ਅਤੇ ਉਹਨਾਂ ਦੀ ਮੰਗਾਂ ਨੂੰ ਕਿਉਂ ਨਹੀਂ ਸੁਣਿਆ ਜਾ ਰਿਹਾ ਅਤੇ ਕਿਉਂ ਉਹਨਾਂ ਨੂੰ ਦਿੱਲੀ ਤੋਂ ਬਾਹਰ ਹੀ ਰੋਕਿਆ ਗਿਆ ਹੈ ਦਿੱਲੀ ਦੇ ਅੰਦਰ ਤੱਕ ਕਿਉਂ ਨਹੀਂ ਜਾਣ ਦਿੱਤਾ ਹੈ ਅਤੇ ਹੁਣ ਕੀ ਕਿੱਦਾਂ ਮਤਲਬ ਤੁਸੀਂ ਪ੍ਰਦਰਸ਼ਨ ਜਿਹੜਾ ਅੱਜ ਬੱਚਿਆਂ ਦੇ ਨਾਲ ਕੀਤਾ ਅੱਜ ਇਹ ਬੱਚੇ ਜਿਹੜੇ ਹੈਗੇ ਨੇ ਜ਼ਿਮੀਂਦਾਰਾਂ ਦੇ ਬੱਚੇ ਨੇ ਜਿਹੜੇ ਕਿ ਆਲਰੇਡੀ ਖੇਤੀ ਕਰ ਰਹੇ ਹੈਗੇ ਨੇ ਖੇਤੀ ਪਰਿਵਾਰਾਂ ਤੋਂ ਆਪਣਾ ਤੁਸੀਂ ਕਹਿ ਸਕਦੇ ਹੋ ਕਿ ਰਿਲੇਟਡ ਹੈਗੇ ਨੇ ਅਤੇ ਇਹ ਬੱਚਿਆਂ ਵਿੱਚ ਵੀ ਕਾਫੀ ਰੋਸ ਸੀਗਾ ਕਿ ਅਸੀਂ ਵੀ ਕੁਛ ਨਾ ਕੁਛ ਆਪਣੇ ਜਿਹੜੇ ਇਹਨਾਂ ਦੇ ਫਾਦਰਸ ਵਗੈਰਾ ਉੱਥੇ ਗਏ ਹੋਏ ਨੇ ਅਤੇ ਅਸੀਂ ਵੀ ਕੁਛ ਨਾ ਕੁਛ ਕਰੀਏ ਅਤੇ ਉਸ ਹਿਸਾਬ ਦੇ ਨਾਲ ਫਿਰ ਅਸੀਂ ਨੇ ਇਹਨਾਂ ਦਾ ਜਿਹੜਾ ਹੈਗਾ ਇੱਕ ਪੂਰੇ ਪਿੰਡ ਦੇ ਵਿੱਚ ਅਸੀਂ ਨੇ ਇਹ ਰੈਲੀ ਕੱਢੀ ਹੈਗੀ ਹੈ ਕੀ ਮੰਗ ਕਰਦੇ ਹੋ ਸਰਕਾਰ ਮੰਗ ਇਹੀ ਹੈਗੀ ਹੈ ਕਿ ਜੋ ਕਿਸਾਨ ਸਾਡੇ ਭਰਾ ਕਹਿ ਰਹੇ ਹੈਗੇ ਨੇ ਉਹ ਗੱਲਾਂ ਨੂੰ ਸੁਣਿਆ ਜਾਵੇ ਕਿਉਂਕਿ ਇਹ ਖਾਲੀ ਕਿਸਾਨਾਂ ਦੀ ਗੱਲ ਹੀ ਨਹੀਂ ਹੈ ਇਹ ਸਾਰੇ ਦੀ ਸਾਰੀ ਸੁਸਾਇਟੀ ਦੇ ਉੱਤੇ ਹੀ ਇਸ ਚੀਜ਼ ਦਾ ਪੂਰਾ ਫਰਕ ਅਸਰ ਦਿਖਾਈ ਦੇ ਰਿਹਾ ਹੈਗਾ ਹੁਣ ਅੱਗੇ ਕੀ ਸਟੈਪ ਹੋਊਗਾ ਅੱਗੇ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹੋਰ ਸਕੂਲ ਵੀ ਜਿਹੜੇ ਹੈਗੇ ਨੇ ਉਹ ਵੀ ਵੱਧ ਚੜ੍ਹ ਕੇ ਇਹਦੇ ਵਿੱਚ ਆ ਰਹੇ ਹੈਗੇ ਨੇ ਕਿਉਂਕਿ ਬੱਚਾ ਇਹ ਚੀਜ਼ਾਂ ਦੇ ਉੱਤੇ ਹਰ ਰੋਜ਼ ਹਰ ਸਮੇਂ ਇਹੀ ਚੀਜ਼ਾਂ ਦੇਖ ਰਿਹਾ ਹੈ ਕਿ ਟੀਵੀ ਦੇ ਉੱਤੇ ਕੀ ਦਿਖਾਇਆ ਜਾ ਰਿਹਾ ਅਤੇ ਕੀ ਸਾਡੇ ਬਜ਼ੁਰਗਾਂ ਨਾਲ ਉੱਥੇ ਹੋ ਰਿਹਾ ਹੈਗਾ ਇੱਕ ਇਹ ਵੀ ਕਿਹਾ ਜਾ ਰਿਹਾ ਮੋਦੀ ਸਰਕਾਰ ਦੇ ਵੱਲੋਂ ਬੱਚੇ ਅਤੇ ਬਜ਼ੁਰਗ ਧਰਨੇ ਪ੍ਰਦਰਸ਼ਨ ਦਾ ਹਿੱਸਾ ਨਾ ਬਣਨ ਮਹਾਰਾਜ ਜੀ ਉਹ ਸ਼ਾਇਦ ਠੀਕ ਹੈ ਮੋਦੀ ਸਾਹਿਬ ਦੀ ਆਪਣੀ ਸੋਚ ਹੈਗੀ ਹੈ ਜਦੋਂ ਬਜ਼ੁਰਗ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਦੇਖ ਚੁੱਕੇ ਹੈਗੇ ਨੇ ਤੁਸੀਂ ਉਹਨਾਂ ਨੂੰ ਹੀ ਇਹ ਚੀਜ਼ਾਂ ਤੋਂ ਬਾਹਰ ਕੱਢ ਰਹੇ ਹੋ ਕਿਉਂ ਡੈਮੋਕ੍ਰੇਸੀ ਦਾ ਪਾਰਟ ਨਹੀਂ ਹੈਗੇ ਕਿ ਇਹ ਬੱਚੇ ਉਸ ਚੀਜ਼ ਦਾ ਪਾਰਟ ਨਹੀਂ ਹੈਗੇ ਔਰ ਉਹਨਾਂ ਦੇ ਫਾਦਰ ਹੀ ਉੱਥੇ ਬੈਠੇ ਹੋਏ ਨੇ ਤੇ ਆਪਣੇ ਫਾਦਰ ਲਈ ਕੌਣ ਨਹੀਂ ਕਿਹੜਾ ਬੱਚਾ ਨਹੀਂ ਬੋਲੇਗਾ ਜਿਹੜੇ ਸਾਡੇ ਬੱਚਿਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਬੱਚੇ ਹੀ ਨਹੀਂ ਸਾਡੇ ਸਾਰੇ ਪੂਰਾ ਸਟਾਫ ਵੀ ਇਹ ਪ੍ਰਦਰਸ਼ਨ ਦਾ ਹਿੱਸਾ ਬਣਿਆ ਹੈ ਕਿਉਂਕਿ ਕਿਤੇ ਨਾ ਕਿਤੇ ਇੰਨੇ ਦਿਨਾਂ ਤੋਂ ਜਿਹੜੇ ਸਾਡੇ ਦਿੱਲੀ ਦੇ ਵਿੱਚ ਕਿਸਾਨ ਵੀਰ ਬੈਠੇ ਹੈ ਸਰਕਾਰ ਤੱਕ ਉਹਨਾਂ ਦੀ ਆਵਾਜ਼ ਨਹੀਂ ਪਹੁੰਚ ਰਹੀ ਅਤੇ ਹੁਣ ਸਾਡੇ ਬੱਚਿਆਂ ਨੇ ਵੀ ਇਹਦੇ ਵਿੱਚ ਪਾਰਟੀਸਪੇਟ ਕੀਤਾ ਹੈ ਜੇ ਸਰਕਾਰ ਹਜੇ ਵੀ ਸਾਡੀਆਂ ਮੰਗਾਂ ਨਹੀਂ ਮੰਗੀ ਜਾਏਗੀ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰੇਗੀ ਜਿਹੜੇ ਕਿ ਸਾਡੇ ਦੇਸ਼ ਲਈ ਬੈਠੇ ਨੇ ਤਾਂ ਇਹ ਸਾਡਾ ਜਿਹੜਾ ਅੰਦੋਲਨ ਹੈ ਇਸੇ ਤਰ੍ਹਾਂ ਚੱਲੇਗਾ ਅੱਗੇ ਅਸੀਂ ਬਾਕੀ ਸਕੂਲਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਸਕੂਲ ਦਾ ਸਮਰਥਨ ਕਰਦੇ ਹੋਏ ਇਸ ਨੂੰ ਇੱਕ ਰੈਲੀ ਨਾ ਸਮਝ ਕੇ ਇੱਕ ਅੰਦੋਲਨ ਬਣਾ ਲੈਣ ਤਾਂ ਕਿ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੇ ਅੱਗੇ ਆਪਣਾ ਘੁਟਣੇ ਟੇਕੇ ਕਿਉਂਕਿ ਜਿਹੜੀ ਕਿਸਾਨਾਂ ਦੀ ਮੰਗ ਹੈ ਕੋਈ ਵਾਜਿਬ ਨਹੀਂ ਹੈ ਜਾਇਜ਼ ਹੀ ਮੰਗੀ ਜਾ ਰਹੀ ਹੈ ਜੇ ਕਿਸਾਨ ਉਹ ਮੰਗਾਂ ਨੂੰ ਮੰਗ ਰਹੇ ਨੇ ਸਾਡੇ ਲਈ ਮੰਗ ਰਹੇ ਨੇ ਅਸੀਂ ਅੱਜ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਜੋ ਪ੍ਰੋਟੈਸਟ ਕੀਤਾ ਵਾ ਅਸੀਂ ਉਹਨਾਂ ਨੂੰ ਉਸ ਉਹਨਾਂ ਫਾਰਮਰਸ ਨੂੰ ਸਪੋਰਟ ਕਰਦੇ ਹਾਂ ਜਿਹੜੇ ਸਾਡੇ ਲਈ ਉਸ ਸ਼ੰਭੂ ਬਾਰਡਰ 'ਤੇ ਧਰਨਾ ਦੇ ਰਹੇ ਨੇ ਸਾਡੇ ਚਾਚੇ ਤਾਏ ਹੁਣੀ ਸਾਰੇ ਉਹਨਾਂ ਵਿੱਚ ਸ਼ਾਮਿਲ ਨੇ ਅਤੇ ਸਾਡੀ ਸਰਕਾਰ ਤੋਂ ਇਹੀ ਮੰਗ ਆ ਕਿ ਉਹ ਇਹਨਾਂ ਬਿੱਲਾਂ ਨੂੰ ਰੱਦ ਕਰ ਦੇਵੇ ਕਿਉਂਕਿ ਸਾਡੀ ਜ਼ਮੀਨਾਂ 'ਤੇ ਸਾਡਾ ਹੱਕ ਹੋਣਾ ਚਾਹੀਦਾ ਹੈ